ਕੁਆਲਟੀ ਉਹਦੇ ਸਾਹਮਣੇ ਵੀ ਚਿੱਟੀ ਅੱਖਾਂ ਦੇ ਵਿੱਚ ਹਨਾ ਮੰਗਿਆ ਕੀ ਆ ਵੀਰੇ ਦਾ ਮੰਗਿਆ ਜੀ ਤਾਂ 5 ਲੱਖ ਮੰਗਿਆ ਕੀ ਆ ਮੰਗਿਆ ਤਾਂ ਬਈ 60000 60000 ਰੁਪਏ ਮੰਗਿਆ ਬਈ ਬੱਕਰੇ ਦਾ ਹਨਾ ਕੰਡੇ ਤੇ ਨਹੀਂ ਲਾਇਆ ਭਰਾ ਭਾਜੀ ਕੰਡੇ ਤੇ ਲੱਗਿਆ ਹੁੰਦਾ ਦੱਸ ਦਿੰਦੇ ਹੈਗਾ 80 ਕਿਲੋ ਦਾ ਹੈਗਾ ਬਈ ਭਾਰ ਜੇ ਮੈਂ ਖਿੱਚ ਕੇ ਲੈ ਕੇ ਜਾਣਾ ਜ਼ੋਰ ਬਹੁਤਾ ਬੱਕਰੇ ਦੇ ਵਿੱਚ ਵੇਚਣਾ ਕਿੰਨੇ ਦਾ ਬਾਬਾ ਇਹ 45000 ਮੰਗਦੇ ਆ 45000 ਮੰਗਦੇ ਕਿੰਨਾ ਲੱਗ ਗਿਆ ਕਿੰਨੇ ਰੁਪਏ ਮੰਗਨੇ ਵੀਰੇ 75000 ਬਕਰਾ ਬਾਈ ਕਹਿੰਦਾ ਠੀਕ ਠਾਕ ਹੋਵਾਂਗੇ ਅੱਜ ਪਹੁੰਚਿਆ ਜੀ ਲੌਂਗੋਵਾਲ ਬੱਕਰੀ ਦੀ ਮੰਡੀ ਦੇ ਵਿੱਚ ਕੀ ਹਾਲ ਨੇ ਵਧੀਆ 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 ਇਹ ਮੰਡੀ ਹੁੰਦੀ ਆ ਜੀ 13 ਤੇ 26 ਤਰੀਕ ਨੂੰ ਠੀਕ ਹੈ ਜੀ ਅੱਜ ਲੱਗੀ ਹੋਈ ਆ ਕਿ ਮੰਡੀ ਤੇ ਤੁਹਾਨੂੰ ਦਿਖਾਵਾਂਗੇ ਅੱਜ ਬੱਕਰੇ ਬੱਕਰੀ ਦਾ ਕਦੋਂ ਆ ਬਾਈ ਬੱਕਰੀ ਦੇ ਪਿਆ ਹੈ ਬਾਈ ਹਜੇ ਡੇਢ ਮਹੀਨੇ ਤਕਰੀਬਨ ਕੋਲ ਨਾ ਪਿਆ ਹਾਂ ਡੇਢ ਕਿ ਮਹੀਨਾ ਰਹਿੰਦਾ ਬਾਈ ਤੇ ਬੱਕਰੇ ਵਧੀਆ ਵਧੀਆ ਬੱਕਰੇ ਆਏ ਹੋਏ ਨੇ ਅੱਜ ਲੌਂਗੋਵਾਲ ਮੰਡੀ ਦੇ ਵਿੱਚ ਤੇ ਤੁਹਾਨੂੰ ਬੱਕਰੇ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਹੱਸਿਆ ਆਉਣਾ ਆਉਣਾ ਲੇਕਿਨ ਵੱਡੇ ਬੱਕਰੇ ਨੇ ਪੂਰੇ ਹਾਈਟ ਵੱਡੇ ਬੱਕਰੇ ਨੇ ਵੱਡੇ ਨੇ ਸਾਰੀ ਮੰਡੀ ਤੋਂ ਜਾਨੀ ਕਿ ਵਧੀਆ ਹਾਈਟ ਆ ਕੇ ਜਾਓ ਫਿਰ ਮੈਂ ਕਹਿੰਦਾ ਦਿੱਲੋ ਲਓ ਵੀ ਬਣੇ ਰਹੋ ਵੀਡੀਓ ਦੇ ਵਿੱਚ ਉੱਤੇ ਤੁਹਾਨੂੰ ਬੱਕਰੇ ਦਿਖਾਵਾਂਗੇ ਠੀਕ ਹੈ ਜੀ ਤੇ ਮੰਡੀ ਦੇਖ ਲਓ ਬਾਈ ਭਰੀ ਹੋਈ ਆ ਮੰਡੀ ਇਸ ਟਾਈਮ ਜਮਾਂ ਤੇ ਤੁਹਾਨੂੰ ਦਿਖਾਉਣਾ ਕਿ ਬੱਕਰੇ ਕਿਹੜੀ ਕਿਹੜੀ ਕੁਆਲਿਟੀ ਦੇ ਕਿਤੇ ਕਿਹੜੀ ਕਿਹੜੀ ਕੀਮਤ ਦੇ ਬੱਕਰੇ ਨੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਾਂ ਸਭ ਤੋਂ ਪਹਿਲਾਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਓ ਫਿਰ ਚੱਲਦੇ ਆ ਕਿ ਆਪਾਂ ਅੱਗੇ ਆ ਜਾਓ ਲਓ ਜੀ ਬਾਈ ਜੀ ਤੁਹਾਨੂੰ ਬੱਕਰਾ ਦਿਖਾਉਣਾ ਹੈਗੇ ਪਹਿਲਾਂ ਬੱਕਰੇ ਦੇ ਉੱਪਰ ਨਿਗਾਹ ਮਾਰ ਲਓ ਗਿਣਾ ਦਵਾ ਬਾਈ ਪਹਿਲਾਂ ਬੱਕਰੇ ਨੂੰ ਦੇਖ ਸਕਦੇ ਬਾਈ ਜੀ ਦੋ ਜਣਿਆਂ ਨੂੰ ਫੜਨਾ ਪੈ ਰਿਹਾ ਹੈਗਾ ਇੰਨਾ ਜ਼ੋਰ ਆ ਬੱਕਰੇ ਦੇ ਵਿੱਚ ਮੋੜ ਲਿਆ ਵੀਰੇ ਮੋੜ ਲਿਆ ਮੋੜ ਲਿਆ ਛੱਡ ਦਿਓ ਕੰਨ ਛੱਡ ਦਿਓ ਕੰਨ ਲੈ ਬਈ ਬੱਕਰਾ ਦੇਖੋ ਪਹਿਲਾਂ ਉਹ ਤੇਰੀ ਓਏ ਬਹੁਤ ਜ਼ੋਰ ਆ ਬਈ ਬੱਕਰੇ ਦੇ ਵਿੱਚ ਬਾਈ ਕੀ ਹਾਲ ਚਾਲ ਨੇ ਵਧੀਆ ਜੀ ਠੀਕ ਹੈ ਬਾਈ ਜੀ ਕਿੱਥੋਂ ਆਇਓ ਅਸੀਂ ਹੰਸਾਲੀ ਤੋਂ ਜੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਤੋਂ ਆਏ ਨੇ ਬਾਈ ਦੇਖ ਸਕਦੇ ਹੋ ਕਿ ਕਿੰਨਾ ਦੰਦ ਆ ਬਈ ਜੀ ਬੱਕਰਾ ਇਹ 6 ਦੰਦ ਆ ਜੀ 6 ਦੰਦ ਬੱਕਰਾ ਬਾਈ ਜੈਡ ਬਲੈਕ ਦੇ ਵਿੱਚ ਆ ਦੇਖ ਸਕਦੇ ਹੋਗੇ ਹਾਈਟ ਕਿੰਨੀ ਹੋਊ ਵੀਰੇ ਹਾਈਟ ਅਸੀਂ ਮਿਨੀ ਨਹੀਂ ਜੀ ਹਾਈਟ ਹੋਊਗੀ ਲਗਭਗ 43-44 ਦਾ ਹਾਈਟ ਹੈਗੀ ਹੈਗੀ ਬਾਈ ਬੱਕਰਾ ਦੇਖ ਸਕਦੇ ਹੋਗੇ ਵੇਟ ਕਿੰਨਾ ਕੁ ਵੀਰੇ ਤੁਹਾਡੇ ਮੁਤਾਬਕ ਦਾ ਵੇਟ ਬਾਰੇ ਕੋਈ ਅੰਦਾਜ਼ਾ ਨਹੀਂ ਜੀ ਵੇਟ ਬਾਰੇ ਕੋਈ ਅੰਦਾਜ਼ਾ ਨਹੀਂ ਮਤਲਬ ਹੋਊਗਾ ਕੁਆਂਟਲ ਦੇ ਜਿਹੜੇ ਹੋਊਗਾ ਬੱਕਰਾ ਹੈ ਨਾ 6 ਦੰਦ ਬੱਕਰਾ ਹੈ ਨਾ 6 ਦੰਦ ਬੱਕਰਾ ਬਾਈ ਕੁਆਲਿਟੀ ਤੁਹਾਡੇ ਸਾਹਮਣੇ ਵੀ ਚਿੱਟੀ ਅੱਖਾਂ ਦੇ ਵਿੱਚ ਹੈ ਨਾ ਮੰਗਿਆ ਕੀ ਹੈ ਵੀਰੇ ਦਾ ਮੰਗਿਆ ਜੀ ਤਾਂ 5 ਲੱਖ ਜੀ 5 ਲੱਖ ਰੁਪਇਆ ਬਾਈ ਜੀ 5 ਲੱਖ ਰੁਪਇਆ ਮੰਗਿਆ ਦੇ ਸਕਦੇ ਹੋ ਰਿਜ਼ਲਟ ਕਿੱਦਾਂ ਆਉਂਦਾ ਵੀਰੇ ਬੱਚੇ ਕਿੱਦਾਂ ਜਾ ਰਹੇ ਹਜੇ ਹੁਣ ਬੱਕਰੀਆਂ ਲਵਾਈਆਂ ਜੀ ਇਹਦੇ ਅੱਛਾ ਹਜੇ ਲਵਾਈਆਂ ਨੇ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਰੱਖੇ ਨੂੰ ਉਹ 2 ਸਾਲ ਹੋ ਗਏ ਜੀ ਆਪਣੀ ਘਰ ਦੀ ਉਹ ਹਾਂਜੀ ਘਰ ਦਾ ਬੱਕਰਾ ਨਾ ਬੱਕਰੇ ਕਿੰਨੇ ਰੱਖੇ ਉਹਨੇ ਘਰੇ ਹੈਗੇ 15-16 ਕਨਾਂ ਦਾ 15-16 ਕਨਾਂ ਦਾ ਠੀਕ ਹੈ ਬਾਈ ਜੀ ਦੇਖ ਸਕਦੇ ਬਾਈ ਜੀ ਕਿੰਨੇ ਤੱਕ ਛੱਡ ਦੋਗੇ ਇਹਨੂੰ ਤਾਂ ਦੇਖ ਲਾਂਗੇ ਜੀ ਮੌਕੇ ਪਰ ਫਿਰ ਵੀ ਇੰਨੇ ਤੱਕ ਛੱਡ ਦਾਂਗੇ ਵੀ ਇਸ ਤੋਂ ਛੱਡ ਦਾਂਗੇ 3-3.5 ਦਾ ਜੀ 3.5 ਤੇ ਵੀ 3.5 ਤੇ ਛੱਡ ਦਾਂਗੇ ਮੰਗਿਆ ਕਿੰਨਾ ਹੈਗਾ 5 ਲੱਖ ਹਾਂਜੀ 5 ਲੱਖ ਮੰਗਿਆ 3.5 ਤੇ ਛੱਡ ਦਾਂਗੇ ਗੇੜਾ ਹੋਰ ਦਵਾ ਦੇ ਬਾਈ ਝੋਟੇ ਵਰਗਾ ਬੱਕਰਾ ਬਾਈ ਦੇਖ ਡਬਲ ਹੱਡੀ ਦਾ ਬੱਕਰਾ ਕਹਿੰਦੇ ਆ ਜਿਹਨੂੰ ਉਹ ਚੀਜ਼ ਆ ਬਾਈ ਲੌਂਗੋਵਾਲ ਮੰਡੀ ਤੇ ਖੜਿਆਂਗੇ ਟੈਸਟੀਕਲ ਵਗੈਰਾ ਸਭ ਕੁਝ ਓਕੇ ਹੈਗਾ ਕਿੰਨੇ ਰੁਪਏ ਲੱਗ ਗਏ ਵੀਰੇ ਇਹਦੇ ਉੱਤੇ ਅੱਜ ਤੱਕ ਕਦੇ ਕੋਈ ਨਹੀਂ ਲੱਗਿਆ ਜੀ ਹਾਲ ਤੱਕ ਕੋਈ ਨਹੀਂ ਲੱਗਿਆ ਪਹਿਲੀ ਵਾਰੀ ਆਇਆ ਅੱਜ ਮੰਡੀ ਦੇ ਹਾਂਜੀ ਪਹਿਲੀ ਵਾਰ ਠੀਕ ਹੈ ਜੀ ਪਹਿਲਾਂ ਕਦੇ ਨਹੀਂ ਗਏ ਮੰਡੀਆਂ ਦੇ ਕਿਸੇ ਤੇ ਪਿੰਡੇ ਲੱਗਿਆ ਜੀ ਇਹਦਾ 2.5 ਲੱਖ ਰੁਪਇਆ ਹਾਂਜੀ ਪਿੰਡ ਮਿਲਦਾ ਸੀਗਾ ਜੀ ਤਾਂ 2.5 ਲੱਖ 2.5 ਲੱਖ ਰੁਪਇਆ ਅੱਛਾ ਠੀਕ ਹੈ ਬਈ 2.5 ਲੱਖ ਰੁਪਇਆ ਬਾਈ ਜੀ ਕਹਿੰਦੇ ਤਾਂ ਮਿਲਦਾ ਸੀਗਾ ਪਰ 5 ਲੱਖ ਰੁਪਇਆ ਮੰਗ ਰਹੇ ਨੇ ਬਾਈ ਦੇਖ ਸਕਦੇ ਹੋ ਕੁਆਲਿਟੀ ਉਹਦੇ ਸਾਹਮਣੇ ਆ ਬਾਈ ਸਿੰਗ ਸੁੰਗ ਦੇਖ ਸਕਦੇ ਹੋ ਜੀ ਕੰਨ ਦੇਖ ਸਕਦੇ ਹੋ ਕਿਸੇ ਪਾਸੋਂ ਘਾਟ ਹਾਂਜੀ ਘਾਟ ਕੋਈ ਨਹੀਂ ਹੈਗਾ ਨਾ ਬੱਕਰੇ ਦੇ ਵਿੱਚ ਚਲੋ ਠੀਕ ਹੈ ਵੀਰੇ ਠੀਕ ਹੈ ਧੰਨਵਾਦ ਆਓ ਬਾਈ ਜੀ ਬੱਕਰਾ ਦਿਖਾਉਣਾ ਹੈਗਾ ਤੁਹਾਨੂੰ ਨਾਗਰਾ ਕਲਰ ਆ ਬਈ ਇਹ ਨਾਗਰਾ ਬਾਈ ਨਾਗਰਾ ਕਲਰ ਆ ਬਾਈ ਆ ਜਾਓ ਬਾਈ ਜੀ ਕਿੰਨੇ ਦੰਦ ਆ ਵੀਰੇ ਇਹ ਪੂਰੇ ਦੰਦ ਆ ਬਾਈ 8 ਕਿੱਥੋਂ ਆਇਓਗੇ ਜੋਗੇ ਤੋਂ ਵੀਰੇ ਜੋਗੇ ਤੋਂ ਆਏ ਨੇ ਬਾਈ 8 ਦੰਦ ਬੱਕਰਾ ਕੱਦ ਕਿੰਨਾ ਹੋਊਗਾ ਕੱਦ ਦਾ ਸੋਹ ਕਿੱਥੇ ਗਿਆ ਹੈਗਾ 43-44 ਕੱਦ ਯਾਰ ਹਾਂ ਮਿਣਾ ਨਹੀਂ ਦਾ 40 ਪਲੱਸ ਹੀ ਆ ਬਾਈ 43-44 ਹੋਊਗਾ ਦੇਖ ਸਕਦੇ ਹੋ ਬਾਈ ਮੰਗਿਆ ਕੀ ਆ ਮੰਗਿਆ ਤਾਂ ਬਾਈ 60000 60000 ਰੁਪਏ ਮੰਗਿਆ ਬਾਈ ਬੱਕਰੇ ਦਾ ਹਨਾ ਦੇਖ ਸਕਦੇ ਕਿੰਨੇ ਲੱਗੇ ਹਜੇ ਬਾਈ ਕੋਈ ਨਹੀਂ ਲੱਗਿਆ ਕੋਈ ਨਹੀਂ ਲੱਗਿਆ ਭਾਰ ਕਿੰਨਾ ਕੋ ਬੱਕਰੇ ਤੇ ਕੰਡੇ ਤੇ ਨਹੀਂ ਲਾਇਆ ਭਰਾ ਭਾਜੀ ਕੰਡੇ ਤੇ ਲੱਗਿਆ ਹੁੰਦਾ ਦੱਸ ਦਿੰਦੇ ਹੈਗਾ 80 ਕਿਲੋ ਦਾ ਹੈਗਾ ਬਾਈ ਭਾਰ ਜੇ ਮੈਂ ਖਿੱਚ ਕੇ ਲੈ ਕੇ ਜਾਣਾ ਜ਼ੋਰ ਬਹੁਤਾ ਬੱਕਰੇ ਦੇ ਵਿੱਚ ਜਾਨਾ ਨਹੀਂ ਲੈ ਕੇ ਜਾਊ ਬਾਈ ਯਾਰ ਜਿਹੜਾ ਘਰੇ ਖਾਂਦਾ ਹੋਇਆ ਹਾਂ ਅੱਛਾ ਉਹੀ ਲੈ ਕੇ ਜਾਊ ਹੁਣ ਜਿਹੜਾ ਕੱਲੀਆਂ ਰੋਟੀਆਂ ਖਾਂਦਾ ਹੋਊਗਾ ਉਹ ਕਿੱਥੇ ਲੈ ਕੇ ਜਾਊ ਠੀਕ ਹੈ ਬਾਈ ਖਰਾ ਕਿੰਨੀ ਕਾ ਕਿਲੋ ਦਾਣੇ ਦਾ ਇਹਦੇ ਤੜਕੇ ਮਿਲੇ ਦੇ ਬਾਈ ਅੱਛਾ ਕਿਲੋ ਹੀ ਹੱਥ ਨੇ ਕਿਲੋ ਹੀ ਹੱਥ ਨੇ ਕਿਲੋ ਹੀ ਕਣਕ ਮੱਕੇ ਮੁੱਕੀ ਮੱਕੀ ਵੀ ਮੱਕੇ ਹੀ ਪਾਉਣੇ ਛਿਲਕਾ ਛੂਲਿਆਂ ਦਾ
ਠੀਕ ਹੈ ਕਰੀ ਰੱਖ ਦਿਓ ਜਾਂ ਫਿਰ ਇਹਨੂੰ ਚਾਰ ਦਿਓਗੇ ਨਾਲ ਵੀ ਜਾਂਦਾ ਬੱਕਰੀਆਂ ਦੇ ਘਰੇ ਵੀ ਜਾਂਦਾ ਕਿੰਨੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਬੱਕਰੀਆਂ ਹੈਗੀਆਂ ਬਾਈ 30-40 30-40 ਬੱਕਰੀਆਂ ਨੇ ਬੱਕਰੇ ਕਿੰਨੇ ਨੇ ਬੱਕਰੇ 3 ਬਾਈ ਬੂਕ 3 ਬੱਕਰੇ ਅੱਜ ਇੱਕ ਲੈ ਕੇ ਆਇਆ ਇੱਕੋ ਹੀ ਲੈ ਕੇ ਅੱਛਾ ਵੇਚਣਾ ਇਹੀ ਆ ਗੱਲਾਂ ਇਕੱਲਾ ਹੀ ਵੇਚਣਾ ਠੀਕ ਆ ਰਿਜ਼ਲਟ ਕਿਵੇਂ ਹੈਗਾ ਬੱਕਰੇ ਬੁੱਕਰੇ ਬੱਚੇ ਬੱਚੇ ਕਿਹੇ ਬੱਚੇ ਦੇ ਬਹੁਤ ਸੋਹਣੇ ਆ ਬਾਈ ਬਹੁਤ ਸੋਹਣੇ ਬੱਚੇ ਆ ਪੂਰੇ ਹੈਗਾ ਕੋਈ ਗੱਡੀ 'ਚ ਵੀ ਹੋਣਗੇ ਅੱਛਾ ਇਹ ਗੱਡੀ 'ਚ ਹੋਣਗੇ ਚੰਗੇ ਬੱਚੇ ਆਉਂਦੇ ਨਾ ਬਰੀਡਿੰਗ ਲਈ ਵਧੀਆ ਆਂਡੂ ਹੀ ਆ ਲੈ ਵੀ ਦਿਖਾ ਦੇ ਮੈਂ ਮੂੰਹ ਦਿਖਾ ਦੇ ਫਿਰ ਪਲਾਲੀ ਪਾਣੀ ਤੇ ਆਇਆ ਵਾ ਬੱਚਾ ਥੋੜਾ ਆਇਆ ਓ ਬੱਚ ਮੂੰਹ ਦਿਖਾ ਦਿਓ ਤੁਹਾਨੂੰ ਬਈ ਚੱਲ ਚੁੱਲਰ ਵਧੀਆ ਬੱਕਰੇ ਜੀ ਦੇਖ ਸਕਦੇ ਹੋਗੇ ਬਸ ਦੇਖ ਸੋ ਕੁਆਲਿਟੀ ਤੁਹਾਡੇ ਸਾਹਮਣੇ ਆ ਬਈ ਕਮੈਂਟ ਕਰਕੇ ਦੱਸੋ ਕਿਵੇਂ ਹੈਗੀ ਨੱਕ ਨੁੱਕ ਵਧੀਆ ਹੈਗਾ ਝਾਲਰ ਦੇਖ ਸਕਦੇ ਹੋ ਬਈ ਬਹੁਤ ਘੱਟ ਬੱਚਾ ਦੇ ਹੁੰਦੇ ਨੇ ਕਿੰਨਾ ਮਰਜ਼ੀ ਯਾਨੀ ਕਿ ਵੇਟ ਕਰ ਲਈ ਆਪਾਂ ਇਹਦਾ ਕਿੰਨੇ ਤੱਕ ਛੱਡ ਦੋਗੇ ਕੋਈ ਨਾ ਦੱਸੋ ਕਿੰਨੇ ਕੁ ਛੱਡ ਦੋਗੇ ਕਹਿ ਨਹੀਂ ਸਕਦਾ ਮੈਂ ਕਹਿ ਨਹੀਂ ਸਕਦੇ ਕੋਈ 60 ਮੰਗਦੇ ਹੋ ਮੌਕੇ ਦੀ ਗੱਲ ਆ ਮੌਕੇ ਦੀ ਗੱਲ ਆ ਬਾਈ ਕਹਿੰਦਾ ਨਾ ਚਲੋ ਠੀਕ ਆ ਬਾਈ ਧੰਨਵਾਦ ਲਓ ਜੀ ਇੱਕ ਬਾਬਾ ਆਇਆ ਹੋਇਆ ਬੱਕਰਾ ਲੈ ਕੇ ਬਟਾਰਾ ਗੱਲਬਾਤ ਕਰ ਦਾਂਗੇ ਬਾਬਾ ਜੀ ਕੀ ਹਾਲ ਚਾਲ ਨੇ ਠੀਕ ਹੈ ਜੀ ਕਿੱਥੋਂ ਆਏ ਹੋ ਸ਼ੇਰੋਂ ਤੋਂ ਸ਼ੇਰੋਂ ਤੋਂ ਆਏ ਨੇ ਹਾਂ ਬਾਬਾ ਜੀ ਕਿੰਨੇ ਦੰਦ ਬੱਕਰਾ ਇਹ ਐਂ ਨਹੀਂ ਦੰਦਾਂ ਦਾ ਨਹੀਂ ਮੈਨੂੰ ਪਤਾ ਦੰਦਾਂ ਦਾ ਨਹੀਂ ਪਤਾ 8 ਦੰਦ ਹੋਊਗਾ 8 ਦੰਦ ਹੋਊਗਾ ਬਈ ਬੱਕਰਾ ਤੁਹਾਡੇ ਸਾਹਮਣੇ ਦੇਖ ਸਕਦੇ ਕੁਆਲਿਟੀ ਵੇਚਣਾ ਕਿੰਨੇ ਦਾ ਬਾਬਾ ਇਹ 45,000 ਮੰਗਦਾ ਜੀ 45,000 ਮੰਗਦੇ ਹੋ ਕਿੰਨਾ ਲੱਗ ਗਿਆ ਇੱਥੇ 30,000 ਲੱਗ ਗਿਆ ਜੀ 30,000 ਲੱਗ ਗਿਆ 45,000 ਮੰਗਦੇ ਨੇ 30,000 ਰੁਪਇਆ ਲੱਗ ਗਿਆ ਬਈ ਕੁਆਲਿਟੀ ਤੁਹਾਡੇ ਸਾਹਮਣੇ ਕੀ ਦੇਖ ਸਕਦੇ ਕਿੱਥੇ ਤੱਕ ਛੱਡ ਦੋਗੇ ਬਾਬਾ 40 ਤੱਕ ਛੱਡ ਦਾਂਗੇ 40 ਤੱਕ ਛੱਡ ਦੋਗੇ ਠੀਕ ਹੈ ਜੀ 40 ਤੱਕ ਛੱਡ ਦਾਂਗੇ ਬਾਈ ਦੇਖ ਸਕਦੇ ਹੋ ਬੱਚੇ ਕਿੱਦਾਂ ਦੇ ਆਉਂਦੇ ਨੇ ਇਹਦੇ ਬੱਚੇ ਬਹੁਤ ਵਧੀਆ ਹੁੰਦੇ ਵਧੀਆ ਹੁੰਦੇ ਨੇ ਬੱਚੇ ਬਾਈ ਬੱਚੇ ਕਹਿੰਦਾ ਵਧੀਆ ਹੁੰਦੇ ਕੋਈ ਮਾੜਾ ਸਾਈਡ ਤੇ ਬੱਕਰਾ ਦਿਖਾ ਦਈਏ ਆਪਾਂ ਨਾ ਬਾਈ ਬੱਕਰਾ ਤੁਹਾਡੇ ਸਾਹਮਣੇ ਦੇਖ ਸਕਦੇ ਹੋਗੇ ਕੁਆਲਿਟੀ 45,000 ਰੁਪਏ ਮੰਗਿਆ ਬਾਬਾ ਕਹਿੰਦਾ 40 ਤੱਕ ਛੱਡ ਦਾਂਗੇ 30,000 ਰੁਪਇਆ ਲੱਗ ਗਿਆ ਕਮੈਂਟ ਕਰੋ ਬਾਈ ਜੀ ਕਿਵੇਂ ਲੱਗ ਰਿਹਾ ਹੈਗਾ ਠੀਕ ਹੈ ਬਾਬਾ ਜੀ ਲੈ ਬਈ ਇੱਕ ਬੱਕਰਾ ਹੋਰ ਦਿਖਾਉਣਾ ਤੁਹਾਨੂੰ ਹੈ ਨਾ ਸ਼ੇਰੇ ਕਲਰ ਦੇ ਵਿੱਚ ਆ ਬਈ ਬੱਕਰਾ ਦੇਖ ਸਕਦੇ ਹੋਗੇ ਬਾਈ ਜੀ ਕੀ ਹਾਲ ਚਾਲ ਨੇ ਠੀਕ ਆ ਜੀ ਕਿੱਥੋਂ ਆਏ ਹੋ ਲੋਹਾਖੇੜੇ ਤੋਂ ਆਏ ਜੀ ਬਾਈ ਲੋਹਾਖੇੜੇ ਤੋਂ ਆਏ ਨੇ ਬਾਈ ਦੇਖ ਸਕਦੇ ਸ਼ੇਰੇ ਰੰਗ ਦੇ ਵਿੱਚ ਕਰਿਓ ਮਾੜਾ ਜਿਹਾ ਕਿੰਨੇ ਦੰਦ ਬੱਕਰਾ ਹੋ ਗਿਆ ਹੈ 4 ਦੰਦ ਆ ਜੀ 4 ਦੰਦ ਬੱਕਰਾ ਹਜੇ ਬਾਈ ਦੇਖ ਨਵਾਂ ਬੱਕਰਾ ਜਮਾ 4 ਦੰਦ ਹੈਗਾ ਕੁਆਲਿਟੀ ਉਹਦੇ ਸਾਹਮਣੇ ਆ ਸਿੰਗ ਦੇਖ ਲਓ ਨੱਕ ਕੰਨ ਸਭ ਕੁਝ ਓਕੇ ਦੀ ਰਿਪੋਰਟ ਆ ਬਾਈ ਜੀ ਕਿੰਨੇ ਰੁਪਏ ਮੰਗੇ ਨੇ ਵੀਰੇ 75,000 ਮੰਗੇ ਜੀ 75,000 ਰੁਪਇਆ ਕਿੰਨੇ ਲੱਗ ਗਏ ਨਾ ਹਰੇ ਕੁਝ ਨਹੀਂ ਲੱਗਿਆ ਜੀ ਅਜੇ ਕੁਝ ਨਹੀਂ ਲੱਗਿਆ ਹੈਗਾ ਬਈ 75,000 ਰੁਪਇਆ ਮੰਗਿਆ ਹੈਗਾ ਆਂਡੂ ਹੀ ਆ ਹਾਂਜੀ ਆਂਡੂ ਹੀ ਆ ਬਾਈ ਦੇਖ ਸਕਦੇ ਹੋ 75,000 ਰੁਪਇਆ ਮੰਗਿਆ ਬਾਈ ਨੇ ਨਾ ਕਿੰਨੇ ਸਾਲ ਦਾ ਹੋ ਗਿਆ ਇਹ ਦੇਖ ਲਓ ਜੀ ਮੇਰੇ ਹਿਸਾਬ ਚ ਇਹ 2.5 ਸਾਲ ਦਾ ਹੰਤਾ ਜਾ ਆਪਣਾ 2 ਸਾਲ ਦਾ ਹੋ ਗਿਆ 2 ਸਾਲ ਦਾ 2 ਸਾਲ ਦਾ ਬੱਕਰਾ ਬਾਈ ਦੇਖ ਸਕਦੇ ਹੋ ਨਾ ਵੇਟ ਕਿੰਨਾ ਕਹੂਗਾ ਭਾਰ ਕੋਈ ਆ ਸਾਹਮਣੇ ਖੜਾ ਜਿਹੜੀ ਹੈਗਾ ਵਜਨ ਇੰਨਾ ਪੁੱਗਾ ਬਾਈ ਕਹਿੰਦਾ ਕਦੇ ਤੋਲਿਆ ਨਹੀਂ ਹੈਗਾ ਵਜਨ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੈਗਾ ਕਿੰਨੇ ਤੱਕ ਛੱਡ ਦੋਗੇ ਦੇਖ ਲਓ ਜੇ ਕੋਈ ਗਾਹਕ ਮੰਗੋ ਇਸ ਹਿਸਾਬ ਨਾਲ ਛੱਡ ਦਾਂਗੇ ਕਿਹੜਾ ਵੀ ਆਪਾਂ ਨੂੰ ਹੁੰਦਾ ਵੀ ਹਾਂ ਬਿਨਾਂ ਇੰਨੇ ਤੱਕ ਮੰਨ ਜੂਗਾ ਵਾ 70,000 ਦਾ ਦੇ ਮੰਗਿਆ 70,000 ਦਾ ਮੰਗਿਆ ਬਾਈ ਕਹਿੰਦਾ 70,000 ਚ ਮੰਨ ਜਾਾਂਗੇ ਜੇ ਕੋਈ 70,000 ਰੁਪਏ ਦੇ 75,000 ਰੁਪਏ ਮੰਗਿਆ ਬਾਈ ਨੇ ਨਾ ਦੇਖ ਸਕਦੇ ਹੋ ਬਾਈ ਤੋਰੋ ਮਾੜਾ ਜਾਂ ਤੋਰ ਕੇ ਦਿਖਾਉਂਦੇ ਹਾਂ ਬਾਈ ਤੁਹਾਨੂੰ ਆਂਡੂ ਬੱਕਰਾ ਹੈ ਬਾਈ ਦੇਖ ਸਕਦੇ ਹੋ ਰਿਜ਼ਲਟ ਵਧੀਆ ਆਉਂਦਾ ਬੱਚੇ ਬੁੱਚੇ ਬੱਚੇ ਬਹੁਤ ਵਧੀਆ ਨੇ ਮੋੜ ਲਿਆਓ ਦੂਈ ਮੰਡੀ ਦੇ ਬੱਚੇ ਲੈ ਕੇ ਵੀ ਆਵਾਂਗੇ ਅੱਛਾ ਡੱਬੇ ਕਲਰ ਦੇ ਵਿੱਚ ਹੈਗਾ ਬਾਈ ਨਾਲ ਗੱਲਬਾਤ ਕਰ ਦਾਂਗੇ ਬਾਈ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਬਾਈ ਕਿੱਥੋਂ ਆਏ ਹੋ ਸਪਾਲਾ ਪਿੰਡ ਆਈ ਆਪਣਾ ਸਪਾਲਾ ਤੋਂ ਆਏ ਨੇ ਬਾਈ ਦੇਖ ਸਕਦੇ ਬੱਕਰਾ ਲਿਆ ਜਾਂ ਪਰ ਇਹ ਬੱਕਰਾ ਲੈਤਾ ਜੀ ਆਪਾਂ ਬਾਬੇ ਤੋਂ ਧੂਰਕੋਟ ਤੋਂ ਆਈ ਬਾਬਾ ਕਿੱਥੋਂ ਧੂਰਕੋਟ ਪਿੰਡ ਧੂਰਕੋਟ ਤੋਂ ਠੀਕ ਹੈ ਜੀ ਇਹ ਬੱਕਰਾ ਲੈਤਾ ਆਪਾਂ 30,000 ਦਾ ਇਹਨਾਂ ਤੋਂ 30,000 ਦਾ ਲੈ ਲਿਆ ਜੀ ਕਿੰਨੇ ਦਾ ਹੁੰਦਾ ਇਹ ਦੁੱਗਾ ਦੁੱਗਾ ਬੱਕਰਾ ਬਾਈ ਬਾਈ ਕਹਿੰਦਾ ਮੈਂ 30,000 ਰੁਪਏ ਦਾ ਲੈ ਲਿਆ ਜੀ ਆਪਾਂ ਲੈ ਲਿਆ ਕੀ ਦੇਖਿਆ ਬਾਈ ਇਹ ਜਾਂ 30,000 ਦਾ ਇਹ ਆਪਾਂ ਤੋਂ ਹੀ ਗਿਆ ਹੋਇਆ ਸੀ ਅੱਛਾ ਆਪਣੇ ਤੋਂ ਗਿਆ ਹੋਇਆ ਸੀਗਾ ਤਾਂਜੋ ਆਪਾਂ ਪੈਸੇ ਇਹਨੇ ਲਾਤੇ ਠੀਕ ਆ ਕੁਆਲਿਟੀ ਵਧੀਆ ਲੱਗੀ ਨਾ ਕੁਆਲਿਟੀ ਇਹਦੀ ਕੁਆਲਿਟੀ ਸਾਨੂੰ ਪਤਾ ਇਹਦਾ ਮਾਂ ਪਿਓ ਬਹੁਤ ਚੰਗਾ ਵਿੱਚ ਅੱਛਾ ਮਾਂ ਪਿਓ ਚੰਗਾ 41-42 ਇੰਚ ਹੈਡ ਦੀ ਬੱਕਰੀ ਆ ਵੀਰੇ ਵੀਰਾ ਸਾਡੇ ਪਿੰਡ ਬਹੁਤ ਮਸ਼ਹੂਰ ਆ ਜੀ ਉਹਨਾਂ ਦੇ ਮਾਲ ਚੋਂ ਹੈ ਅੱਛਾ ਉਹਨਾਂ ਦੇ ਮਾਲ ਚੋਂ ਹੈ ਨਾ ਉਹਨਾਂ ਦੇ ਮਾਲ ਕੁਆਲਿਟੀ ਦੇਖ ਕੇ ਲਾਤੇ ਕੁਆਲਿਟੀ ਦੇਖ ਕੇ ਲਾਇਆ ਦਾ ਜਿਹੜਾ ਬੱਚੇ ਹੋਣਗੇ ਨਾ ਗਾਹਾਂ ਹਾਂਜੀ ਉਹਨਾਂ ਦੀ ਕੁਆਲਿਟੀ ਹੱਦ ਤੋਂ ਜ਼ਿਆਦਾ ਇਦੋਂ ਵੀ ਸਿਰ ਆਉਣੀ ਹੈ ਅੱਛਾ ਤਾਂ ਕਰਕੇ ਆਪਾਂ 30,000 ਲਾਇਆ ਠੀਕ ਹੈ ਜੀ ਗੁਲਾਬੀ ਚਮੜੀ ਚ ਆ ਗਿਆ ਗੁਲਾਬੀ ਚਮੜੀ ਗੁਲਾਬੀ ਚਮੜੀ ਚ ਬਈ ਦੇਖ ਸਕਦੇ ਹੋ ਮੈਨੇ 30,000 ਰੁਪਇਆ ਲਾਤਾ ਬੱਕਰੇ ਦੇ ਉੱਤੇ ਹਾਂ ਜੀ ਬਰੀਡਿੰਗ ਤਾਂ ਨਹੀਂ ਇਹ ਤੋਂ ਲਈ ਹਾਲ ਤੱਕ ਕੋਈ ਨਹੀਂ ਕੋਈ ਨਹੀਂ ਲਈ ਹਾਲ ਤੱਕ ਕੋਈ ਨਹੀਂ ਲਈ ਕੋਈ ਨਹੀਂ ਇਹ ਤੇ ਬੱਕਰੇ ਬੱਕਰੀਆਂ ਇਹਨਾਂ ਨਹੀਂ ਭਰਾਈਆਂ ਨੇ ਹਜੇ ਅੱਛਾ ਅੱਛਾ ਤੇ ਹਾਂ ਠੀਕ ਆ ਬਾਈ ਦੇਖ ਸਕਦੇ ਕੁਆਲਿਟੀ ਵਧੀਆ ਕੀ ਗੇੜਾ ਦਵਾਓ ਤੂੰ ਮਾੜਾ ਜਿਹਾ ਨੂੰ ਦਵਾਈ ਦਵਾਈ ਗੇੜਾ ਬਾਈ
ਬਈ ਬੱਕਰਾ ਦੇਖ ਸਕਦੇ ਤੁਹਾਡੇ ਸਾਹਮਣੇ ਹੈਗਾ ਸੁਥਰਾ ਬੱਚਾ ਜਮਾ ਨਾ ਮੋੜ ਲਿਆ ਮੋੜ ਲਿਆ ਕਿਵੇਂ ਲੱਗਿਆ ਬਈ ਕਮੈਂਟ ਜ਼ਰੂਰ ਕਰ ਦਿਓ ਇਹਦੇ ਬਾਰੇ ਹਨਾ ਠੀਕ ਹੈ ਵੀਰੇ ਧੰਨਵਾਦ ਜੀ ਧੰਨਵਾਦ ਬਾਈ ਜੀ ਲਓ ਜੀ ਬਾਈ ਜੀ ਬੱਕਰੇ ਹੋਰ ਦਿਖਾਉਣੇ ਹੈਗੇ ਤੁਹਾਨੂੰ ਪ੍ਰਤਾਪ ਜੀ ਆਏ ਹੋਏ ਨੇ ਆਪਣੇ ਕੋਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਵੀਰ ਜੀ ਠੀਕ ਹੈ ਜੀ ਤਿੰਨ ਬੱਕਰੇ ਲੈ ਕੇ ਆਏ ਤਿੰਨੇ ਬੱਕਰੇ ਬਾਈ ਜੀ ਠੀਕ ਹੈ ਜੀ ਇਹ ਖੱਸੀ ਨੇ ਜਾਂ ਆਂਡੂ ਨੇ ਬਾਈ ਦੋ ਖੱਸੀ ਨੇ ਇੱਕ ਆਂਡੂ ਹੈ ਲਓ ਜੀ ਬਾਈ ਦੋ ਖੱਸੀ ਨੇ ਤੇ ਇੱਕ ਆਂਡੂ ਬੱਕਰਾ ਜੀ ਇਹ ਆਂਡੂ ਆ ਨਹੀਂ ਇਹ ਖੱਸੀ ਆ ਬਾਈ ਇਸੇ ਖੱਸੀ ਆ ਨਹੀਂ ਸੌਰੀ ਇਹ ਆਂਡੂ ਹੈ ਅਸੇ ਆਂਡੂ ਠੀਕ ਹੈ ਜੀ ਇਹ ਆਂਡੂ ਹੈ ਦੇਖ ਲਓ ਇੱਕ ਵਾਰ ਹੁਣ ਕਿਹੜਾ ਨਹੀਂ 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 ਇਹ ਆਂਡੂ ਆ ਇਹ ਆਂਡੂ ਆ ਬਾਈ ਕਿੰਨੇ ਦੰਦ ਹੋ ਗਏ ਬਾਈ ਇਹ ਚਾਰ ਦੰਦ ਹੈ ਕੱਦ ਨਹੀਂ ਕਰਿਆ ਨਾ ਹਾਂ ਥੋੜਾ ਕੱਦ ਕਣੀ ਉਹ ਹੋ ਰਿਹਾ ਕੁਆਲਿਟੀ ਪੱਖੋਂ ਬਾਈ ਬਹੁਤ ਸੋਹਣਾ ਨਾ ਨਿਗਾ ਨਾ ਥੋੜਾ ਕੱਦ ਕਣੀ ਉਹ ਕਮੀ ਰਹਿ ਗਈ ਸਿੰਗ ਤੁੰਗ ਦੇਖ ਸਕਦਾ ਬਰੀਕ ਸਿੰਗਾ ਦਾ ਜਮਾ ਬਿਲਕੁਲ ਕੀ ਮੰਗਿਆ ਦਾ ਜੀ ਬਾਈ ਇਹਦਾ ਰੇਟ ਤਾਂ ਕੋਈ ਜ਼ਿਆਦਾ ਨਹੀਂ ਮੰਗਿਆ 40,000 ਮੰਗਿਆ 40,000 ਲਓ ਵੀ 40,000 ਰੁਪਇਆ ਮੰਗਿਆ ਬਾਈ ਨੇ ਦੇਖ ਸਕਦੇ ਬੱਕਰਾ ਸੋਹਣਾ ਹੈਗਾ ਆਂਡੂ ਬੱਕਰਾ ਹੈਗਾ ਠੀਕ ਹੈ ਜੀ ਦੇਖ ਸਕਦੇ ਹੋ 40,000 ਰੁਪਇਆ ਕਿੱਥੇ ਤੱਕ ਛੱਡ ਦੋਗੇ ਛੱਡ ਦਾਂਗੇ 35 ਤੱਕ 35 ਤੱਕ ਛੱਡ ਦੇਗੇ ਨਾ ਕਰ ਲਓ ਸਾਈਡ ਤੇ ਇਹਨੂੰ ਹੁਣ ਸਾਈਡ ਤੇ ਛੱਡ ਦੋਗੇ ਨਾ ਬਾਕੀ ਕਿਹਨੂੰ ਬਾਰੇ ਛੱਡ ਦਿਓ ਤੇ ਇਹ ਆ ਬਾਈ ਖੱਸੀ ਬੱਕਰੇ ਹਨਾ ਹੁਣ ਅੱਗੇ ਈਦ ਦਾ ਟਾਈਮ ਆ ਗਿਆ ਤੇ ਖੱਸੀ ਬੱਕਰੇ ਹੁਣ ਵੱਧ ਤੋਂ ਵੱਧ ਵਿਕਣਗੇ ਮੰਡੀਆਂ ਦੇ ਵਿੱਚ ਬਿਲਕੁਲ ਜੀ ਦੱਸੋ ਜੀ ਇਹਦੇ ਬਾਰੇ ਬਾਈ ਇਹਨਾਂ ਦੇ ਵੀ 30 ਤੇ ਇਹ 4 ਦੰਦ ਹੈ ਇਹ ਅਜੇ 2 ਦੰਦ ਹੈ ਲਓ ਜੀ ਆ 2 ਦੰਦ ਦਾ 4 ਦੰਦ ਕੀ ਮੰਗਿਆ ਇਹਨਾਂ ਦਾ ਇਹਨਾਂ 30,000 ਰੁਪਏ 60,000 ਰੁਪਏ ਮੰਗਿਆ ਬਈ ਦੋਨਾਂ ਦਾ ਭਾਰ ਕਿੰਨਾ ਕਿੰਨਾ ਹੋਊਗਾ ਭਾਰ ਹੋਊ ਬਾਈ ਇਹਨਾਂ ਦਾ 70-70 ਕਿਲੋ 70-70 ਕਿਲੋ 70-70 ਕਿਲੋ ਬਾਈ ਜੀ ਕਹਿੰਦੇ ਨੇ 70 ਕਹੇ ਇਹਦਾ 60 ਕੋ 60 ਕੋ ਉਹਨਾਂ ਦਾ 70 ਕਹੇ ਦਾ 60 ਹਨਾ ਲੋ ਜੀ ਦੇਖ ਸਕਦੇ ਹੋ ਕੁਆਲਿਟੀ ਤੁਹਾਡੇ ਸਾਹਮਣੇ ਹੈਗੀ ਕਿੱਥੇ ਤੱਕ ਛੱਡ ਦੋਗੇ ਇਹਨਾਂ ਨੂੰ ਇਹ ਜੋੜਾ ਛੱਡ ਦਾਂਗੇ 50 ਤੱਕ ਤਿੰਨਾਂ ਦਾ 75 ਤੱਕ ਕਿੰਨਾ ਇੱਕ ਨਹੀਂ ਤਿੰਨਾਂ ਨੂੰ 75 ਤੱਕ ਛੱਡ ਦਾਂਗੇ ਤਿੰਨੇ 75,000 ਦੇ ਹੋਰ ਕੀ ਲੋ ਵੀ ਤਿੰਨੇ 75,000 ਰੁਪਏ ਦੇ ਬਾਈ ਜੀ ਨੇ ਕਹਿਤਾ ਫਿਰ ਤਾਂ ਥੋੜੇ ਥੋੜੇ ਰਹਿ ਗਏ ਫਿਰ ਤਾਂ ਇਹ ਲਵੇ ਲੱਗ ਗਿਆ ਫਿਰ ਤਾਂ ਕੰਮ ਹਨਾ ਬਾਈ ਦੇ ਸਕਦੇ ਹੋ ਨਾ ਖੱਸੀਆਂ ਦਾ ਟਾਈਮ ਆ ਗਿਆ ਹੁਣ ਖੱਸੀ ਬੱਕਰੇ ਵੱਧ ਤੋਂ ਵੱਧ ਲੈ ਕੇ ਆਇਆ ਕਰੋ ਠੀਕ ਹੈ ਜੀ ਚੰਗਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਬਾਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ ਤੇ ਸੁਝਾਅ ਦਿੰਦੇ ਰਿਹਾ ਕਰੋ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਕਿੱਦਾਂ ਦੀ ਵੀਡੀਓ ਚਾਹੀਦੀ ਹੈਗੀ ਧੰਨਵਾਦ